ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਅੱਜ ਚੋਣ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਪੂਰੇ 8 ਵਜੇ ਦਾ ਸਮਾਂ ਹੋ ਗਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਲਾਈਨਾਂ ਜਿਹੜੀਆਂ ਨੇ ਲੱਗ ਚੁੱਕੀਆਂ ਨੇ। ਅਸੀਂ ਇਸ ਵੇਲੇ ਜਲੰਧਰ ਦੇ ਪਿੰਡ ਕਾਲਵਾਂ ਦੇ ਵਿੱਚ ਖੜ੍ਹੇ ਹਾਂ ਕਿ ਜਿੱਥੇ ਸੁਰੱਖਿਆ ਦੇ ਇੰਤਜ਼ਾਮ ਹੇਠ ਅੱਜ ਚੋਣ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। 8 ਵਜੇ ਤੋਂ ਲੈ ਕੇ 4 ਵਜੇ ਤੱਕ ਚੋਣ ਪ੍ਰਚਾਰ ਜਿਹੜਾ ਆ ਚੋਣ ਪ੍ਰਕਿਰਿਆ ਜਿਹੜੀ ਹੈ ਉਹ ਚੱਲੇਗੀ ਅਤੇ ਇੱਥੇ ਬੜੇ ਹੀ ਸੁਚੱਜੇ ਅਤੇ ਸ਼ਾਂਤਮਈ ਤਰੀਕੇ ਨਾਲ ਜਿਹੜੀਆਂ ਨੇ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ। ਸਾਡੇ ਨਾਲ ਉਮੀਦਵਾਰ ਭੁਪਿੰਦਰ ਸਿੰਘ ਵੀ ਇੱਥੇ ਮੌਜੂਦ ਆ ਜਿਹੜੇ ਕਿ ਸੁੱਖਾ ਕਾਲਵਾਂ ਦੇ ਭਰਾ ਹੈਗੇ ਆ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਪਿੰਡ ਦੇ ਕਿਹੜੇ ਏਜੰਡੇ ਆ, ਕਿਹੜੇ ਏਜੰਡੇ ਦੇ ਉੱਪਰ ਇਹ ਚੋਣ ਲੜ ਰਹੇ ਨੇ। ਭੁਪਿੰਦਰ ਸਿੰਘ ਜੀ, ਏਜੰਡੇ ਦੇ ਉੱਪਰ ਬਾਅਦ 'ਚ ਗੱਲ ਕਰਦੇ, ਪਹਿਲਾਂ ਦੱਸੋ ਪਿੰਡ ਦੀਆਂ ਵੋਟਾਂ ਕਿੰਨੀਆਂ? ਪਿੰਡ ਦੀ ਲਗਭਗ 1500 ਵੋਟ ਆ। ਕਿਸ ਤਰ੍ਹਾਂ ਸੰਤੁਸ਼ਟ ਹੋ ਤੁਸੀਂ, ਜਿਸ ਤਰ੍ਹਾਂ ਸੁਰੱਖਿਆ ਦੇ ਲਿਹਾਜ਼ ਤੋਂ ਕੰਮ ਚੱਲ ਰਿਹਾ? ਬਹੁਤ ਵਧੀਆ ਆ, ਬਾਕੀ ਲੋਕਾਂ 'ਚ ਪੂਰਾ ਉਤਸ਼ਾਹ ਆ। ਲੋਕ ਠੰਡ ਦੇ ਵਿੱਚ ਵੀ ਦੇਖੋ ਪੂਰੀ ਨਿਕਲ ਕੇ ਵੋਟਾਂ ਪਾ ਰਹੇ ਆ, ਪੂਰਾ ਲੋਕਾਂ ਨੂੰ ਉਤਸ਼ਾਹ ਆ। ਅਤੇ ਕਿਉਂਕਿ ਲੋਕਾਂ ਨੂੰ ਇਹ ਆ ਵੀ ਡਿਵੈਲਪਮੈਂਟ ਜਿਹੜੀ ਆ ਨਾ ਉਹਦੀ ਲੋੜ ਆ ਬਹੁਤ ਜ਼ਿਆਦਾ ਪਿੰਡ ਨੂੰ। ਪਿੰਡ ਤੋਂ ਪਹਿਲਾਂ ਵੀ ਅਸੀਂ, ਮੇਰੇ ਫਾਦਰ ਸਾਹਿਬ ਸਰਪੰਚ ਰਹੇ ਪਹਿਲਾਂ, ਬਹੁਤ ਡਿਵੈਲਪਮੈਂਟ ਕੀਤੀ ਆ, ਅਤੇ ਪਰ ਕੁਛ ਕਮੀਆਂ ਪੇਸ਼ੀਆਂ ਜਿਹੜੀਆਂ ਆ ਉਹਨਾਂ ਨੂੰ ਹੋਰ ਵੀ ਪੂਰਾ ਕਰਾਂਗੇ ਹੁਣ। ਅਤੇ ਲੋਕਾਂ ਤੋਂ ਉਤਸ਼ਾਹ ਆ ਪੂਰਾ, ਅਤੇ ਸਾਡਾ ਸਾਥ ਵੀ ਦੇ ਰਹੇ ਆ ਲੋਕ ਪੂਰੇ। ਸੋ ਇਹ ਨੇ ਭੁਪਿੰਦਰ ਸਿੰਘ, ਸੁੱਖਾ ਕਾਲਵਾਂ ਦੇ ਭਰਾ ਹੈਗੇ ਆ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਨੇ ਚੋਣ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਆ। ਪੂਰੇ 8 ਵਜੇ ਦਾ ਸਮਾਂ, 4 ਵਜੇ ਤੋਂ ਬਾਅਦ ਜਿਹੜੇ ਆ ਨਤੀਜੇ ਐਲਾਨੇ ਜਾਣਗੇ। ਅਤੇ ਅਸੀਂ ਇਸ ਵੇਲੇ ਜਲੰਧਰ ਦੇ ਪਿੰਡ ਕਾਲਵਾਂ ਦੇ ਵਿੱਚ ਖੜ੍ਹੇ ਹਾਂ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਜਲੰਧਰ।